इन्हां तस्वीरां नूं तुसीं ध्यान नाल देख लवो। थल्ले बैंक दे उपर दा यूनिसेक्स स्पा सेंटर तुसीं देख ही लिया होना है। दरअसल कई बार इत्थे अजिहे लोक भी आउंदे है जिहड़े पहलां थल्ले बैंक दे विच जांदे आ ते उस तों बाद उपर स्पा सेंटर चले आंदे आ। पर उस वेले सेंटर दे बाहर शिवसेना वालिआं दे वल्लों हंगामा कर दिता जदों एक शख्स दे वल्लों अंदर जाके लुकवा कैमरा ला के स्टिंग किया गया। स्टिंग दे विच रिसेप्शन दे खड़ा व्यक्ति अंदर बैठिया कुड़ियां दे अजिहे रेट ते काम दसदा पिया जिस नूं सुन के तुसी भी हैरान हो जाना। दरअसल यह तस्वीर जलंधर के मॉडल टाउन दियां सामने आईया ने जिथे अक्सर पंजाब दे विच कई बार अजिहे स्पा सेंटर दियां खबरां तुसी पहला सुनिया जां देखिया होनिया जिथे स्पा सेंटर दी आड़ दे विच दे व्यापार दा धंधा हुंदा। पर दूसरे पासे स्टिंग ते भी तुसी ध्यान नाल नज़र मार लवो कि रिसेप्शन ते खड़ा बंदा किन्ने रेट पाउंदा पिया ते अंदर कुड़ियां की गल्लां करदियां पईआं। मैं कह रहा कि मतलब को नॉर्थ है कुड़ियां कि ईस्ट है कड़ियां इंडियन स्टाफ की चार्जेस की है पुछता कि मसाज कराना चाहते हो अपने नॉर्मल दे किन्ने सिंपल नॉर्मल सिंपल सिंपल नॉर्मल 1000 हाँ जी 1000 1000 ਅਜੇ ਥੋੜੀ ਟਰਕਿਸ਼ ਉਹਨੂੰ ਉਹਦੇ ਵਿੱਚ ਥੋੜਾ ਪ੍ਰੋਪਰ ਮਸਾਜ ਹੁੰਦੀ ਹੈ ਮੜਾ ਫਕੈਦਰਾ ਨਹੀਂ ਤੁਹਾਡੇ ਕੋ ਨੀ ਆਪਣੀ ਇੰਡੀਅਨ ਹੈ ਲੜਕੀ ਇੰਡੀਅਨ ਅੱਛਾ ਠੀਕ ਹੈ ਜਿੱਦੀ ਵੀ ਉਹ ਕੁੜੀ ਕੁੜੀ ਦਿਖਾ ਦਿੰਦੇ ਹਾਂ ਮੈਂ ਵੀ ਫੋਟੋ ਪੇਮੈਂਟ ਕਰਨ ਤੋਂ ਬਾਅਦ ਐਸ ਪ੍ਰੋਪਰ ਮਸਾਜ ਦੱਸੀ ਉਹ ਤਾਂ ਤੁਹਾਡੀ ਗੱਲ ਸਹੀ ਹੈ ਨਹੀਂ ਜੋ ਮੈਂ ਕੰਮ ਕਰਦਾ ਹੁਣ ਮੇਰਾ ਜੋ ਕੰਮ ਹੈ ਬੈਠੇ ਸਰ ਬੈਠੇ ਤੁਸੀਂ ਮੈਂ ਇਹੀ ਗੱਲ ਕਰ ਰਿਹਾ ਪਹਿਲਾਂ ਕਿ ਹਲੇ ਜਾਂਦੇ ਅੰਦਰ ਸਾਰੇਗਾ ਹੋਵੇ ਪੇਮੈਂਟ ਤੋਂ ਬਾਅਦ ਕੋਈ ਸਹੀ ਨਾ ਕੁੜੀ ਹੋਵੇ ਇੱਦਾਂ ਦਾ ਕੋਈ ਲੱਗੂਗਾ ਤੁਹਾਨੂੰ ਪਰਚੀ ਬਣਾ ਕੇ ਦੇ ਦਾਂਗਾ ਜਦੋਂ ਮਰਜ਼ੀ ਆ ਕੇ ਲੈ ਜਾਓ ਮਸਾਜ ਤੁਹਾਡੀ ਪ੍ਰੋਪਰ ਇੱਦੀ ਹੈ ਇੱਦਾਂ ਦੀ ਕੋਈ ਗੱਲ ਨਹੀਂ ਤਾਂ ਕੁੜੀਆਂ ਦਿਖਾ ਨਹੀਂ ਸਕਦੇ ਬੜੀ ਫੋਟੋ ਸਰ ਮੇਰਾ ਨਹੀਂ ਮੈਂ ਤਾਂ ਕੰਮ ਕਰਦਾ ਜੋ ਮੈਨੇਜਰ ਸਾਹਿਬ ਦਾ ਹੁਕਮ ਹੈ ਉੱਥੋਂ ਹੋ ਗਈ ਕਿੱਥੇ ਆ ਗਿਆ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਆਉਂਦੇ ਥੋੜ੍ਹਾ ਲੇਟ ਆ ਉੱਦਾਂ ਵੀ ਨਹੀਂ ਦਿਖਾ ਸਕਦੇ ਆਪਾਂ ਜੀ ਨਹੀਂ ਇੱਦਾਂ ਨਹੀਂ ਉਹ ਸਿਰਫ ਪੇਮੈਂਟ ਕਰਕੇ ਤੁਹਾਨੂੰ ਸ਼ੁਰੂ ਕਰਾ ਤੁਹਾਡੇ ਲਾਈਵ ਵੀ ਦਿਖਾ ਦਾਂਗੇ ਖੜੇ ਮੋਰੇ ਕਰ ਦਾਂਗੇ ਤੁਹਾਨੂੰ ਇੱਕ ਦੋ ਆਪਸ਼ਨ ਦੇ ਦਾਂਗੇ ਦੋਨਾਂ ਤਿੰਨਾਂ ਵਿੱਚ ਜਿਹੜੀ ਮਰਜ਼ੀ ਲੈ ਲੈਸ ਨਹੀਂ ਲੱਗੂਗੀ ਲੈਸ ਸਰ ਮੈਂ ਦੱਸਿਆ ਤਾਂ ਕਿ 1200 ਨੋਰਮਲ ਦੀ ਲੈਸ ਲੱਗੂਗੀ ਨਹੀਂ ਸਰ ਇੱਕ ਸੇਮ ਰੇਟ ਹੀ ਹੈ ਵੱਧ ਨਹੀਂ ਰਹੀ ਤਾਂ ਘੱਟ ਗਈ ਹੈ ਘੱਟ ਕਰ ਲਓ ਜੋ ਮੇਰੇ ਹੱਥ 'ਚ ਨਹੀਂ ਮੈਂ ਕੁਛ ਨਹੀਂ ਕਰਦਾ ਉੱਧਰ ਜਾਈਦਾ ਵਾ ਉਹ ਪੈਸੇ ਬੋਲ ਲੈਂਦੇ ਜਿੱਦਾਂ ਇੱਥੇ ਆਪਣੇ ਤਾਜ ਦੇ ਸਾਹਮਣੇ ਦੇ ਦਿੰਦਾ ਉਹ ਕਿਤੇ ਲੱਗੇ ਪੈਸੇ ਬੜੇ ਮੰਗਦੇ ਜੀ ਪਤਾ ਕਿਤੇ ਰੇਟ ਹੈ ਅਤੇ ਹਮ ਸਾਤ 25-25 16 ਵੀ ਬੈਠੇ ਆਪਣੇ ਆਪਣੇ ਹਿਸਾਬ ਸਾਰ ਕਿਉਂ ਸਰ ਆਪਣੇ ਆਪਣੇ ਸਬਜੀ ਡੀਲਿੰਗ ਇੰਡੀਅਨ ਕੁੜੀਆਂ ਤੁਹਾਡੇ ਕੋਲ ਹਾਂਜੀ ਹਾਂਜੀ ਤਾਜ ਤੁਸੀਂ ਜਿਹੜੀਆਂ ਵਿੱਚ ਥਾਈ ਬਣਾ ਕੇ ਚਲਾ ਲੈਂਦੇ ਆ ਮੈਂ ਤਾਂ ਉੱਥੇ ਨਹੀਂ ਨਹੀਂ ਮਾੜਾ ਮੈਨੂੰ ਦਿਖਾ ਤਾਂ ਦਿਓ ਕੁੜੀਆਂ ਹਾਂ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਦੇਖਣ ਵਿਚਲੀ ਉਹ ਵਿਚਲੀ ਜਿਹੜੀ ਵਿਚਲੀ ਹੈ ਮੈਂ ਬਾਅਦ 'ਚੋਂ ਕਰਦਾ ਅੱਧੇ ਘੰਟੇ ਤੋਂ ਪਹਿਲੇ ਹੋ ਕੇ ਚਲੋ ਠੀਕ ਪਤਾ ਹੀ ਗਿਆ ਇੱਕ ਦਿਨ ਮੈਂ ਹੋ ਗਿਆ ਜਾਂ ਕੰਮ ਹੋਣੇ ਲੱਗਾ ਇੱਕ ਦਿਨ ਓਕੇ ਚਾਰਜਰ ਘੱਟ ਲੈ ਲਿਆ ਕਰੋ ਤੁਹਾਡੇ ਕੋਲੋਂ ਉਹ ਮੈਂ ਕਿਹਾ ਚਾਰਜਰ ਥੋੜ੍ਹੇ ਘੱਟ ਲੈ ਲਿਆ ਕਰੋ ਅੰਦਰ ਦੇ ਹਾਂ ਚਲੋ ਠੀਕ ਹੈ ਓਕੇ ਸਰ ਜੀ ਆਪਣਾ ਰੇਟ ਕੀ ਹੈ ਘੱਟ ਘੁੱਟ ਕਰ ਲਿਆ ਕਰੋ ਪੈਕੇਜ ਕਿੰਨਾ ਹੈਗਾ 3000 ਤੋਂ 5 ਮਸਾਜ ਜੀ ਰਸ਼ਿੰਗ ਕਾਰਡ ਦੇਓ ਆਪਣਾ ਇਸ ਮਸਾਜ ਪਾਰਲਰ ਦੇ ਵਿੱਚ ਨਾ ਦੇ ਵਪਾਰ ਦਾ ਧੰਦਾ ਚੱਲਦਾ ਜਿਹਦਾ ਵੀ ਸਪਰਿੰਗ ਸਾਡੇ ਕੋਲ ਮੌਜੂਦ ਸੀਗਾ ਆਪਾਂ ਇੱਥੇ 16 ਤਰੀਕ ਨੂੰ ਮਾਰਟੋਨ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਸੀ SHO ਸਾਹਿਬ ਸੀਗੇ ਜਤਿੰਦਰ ਚਾਬੜਾ ਜੀ ਉਹਨਾਂ ਨੂੰ ਮੈਂ ਵਰਬਲੀ ਫੋਨ ਕੀਤਾ ਵੀ ਮੈਂ ਕਿਹਾ ਵੀ ਤੁਹਾਡੇ ASI ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਵੱਲੋਂ ਕੰਪਲੇਂਟ ਦਿੱਤੀ ਸਾਡੇ ਮਨੀਸ਼ ਵਾਰੀ ਜੀ ਵੱਲੋਂ ਅਤੇ ਉਹਨਾਂ 'ਤੇ ਕਾਰਵਾਈ ਕਰੋ ਅਤੇ ਇਹ ਜਿਹੜਾ ਕੰਮ ਬੰਦ ਕਰਾਓ ਮੇਰੇ ਕੋਲ SHO ਰਿਕੋਰਡਿੰਗ ਪਈ ਉਹ ਕਹਿੰਦੇ ਵੀ ਮੈਂ ਨਹੀਂ ਉੱਥੇ ਜਾਣਾ ਮੈਂ ਵੈਰੀਫਾਈ ਕਰੂੰਗਾ ਉਸ ਤੋਂ ਬਾਅਦ ਅਸੀਂ ਵੱਡੇ ਅਫਸਰਾਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਵੀ ਕੰਪਲੇਂਟ ਦਿੱਤੀ 22 ਤਰੀਕ ਨੂੰ
उस तो बाद भी उन्होंने कोई कार्रवाई नहीं की। जो एस एस इस बंद अभी फोन करवाए भी मसाज पार्लर के दिन से कार्रवाई हुई नहीं कोई, यहाँ कहना है भी मेरे मसाज पार्लर से कोई कार्रवाई नहीं हो सकती, मेरी बहुत उपर तक सैटिंग आ 24 घंटे खुला रहेगा। एस एच ओ हूँ भी फोन किया मौके से, नवे एस एच ओ साहब आए हैं, उन्हों का भी कहना यही है कि मैंने शामी आके मिलो। देखो जो शहर के कोई वारदात हो जूगी तो पुलिस है कहूगी मैंने थाने आके मिलो, पुलिस का कोई काम ही नहीं इतने आईए। आप डायमंड थाई स्पा सेंटर आईए है अफसर ने बुला के जरा तेरे को स्ट्रिंग दे जा कोई अपने बयान लिखा जा। कितने दिन हो गए? महीना हो गया जी, 16 तारीख में कंप्लेंट दी थी एक भाई नूं दित्ती है। ਸਾਨੂੰ ਦਿੱਤੀ ਹੈ ਉਹਦੇ ਵਿੱਚ ਇਹ ਨਿਵੇਸ਼ ਕਰਾ ਰਹੇ ਹੋ। ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ।